ਪੰਡਤਾਂ ਦੇ ਨਗ ਝੂਠੇ ਪੈ ਜਾਂਦੇ ਆ, ਗੱਭਰੂ ਸਟੈਂਡ ਜਿੱਥੇ ਲੈ ਜਾਂਦੇ ਆ। ਜੀ ਕਹਿੰਦੇ ਪੰਡਤਾਂ ਦੇ ਨਗ ਉੱਥੇ ਫਿੱਕੇ ਪੈ ਜਾਂਦੇ ਆ, ਗੱਭਰੂ ਜਿੱਥੇ ਸਟੈਂਡ ਲੈ ਜਾਂਦੇ ਆ। ਕਿਆ ਬਾਤ ਹੈ, ਗੱਭਰੂਆਂ ਦੇ ਜਦੋਂ ਢੂਏ ਪਾੜਦੇ ਤੇ ਜਾਂਦੇ ਕੱਲੀ ਆ ਫਿਰ ਪੰਡਤਾਂ ਕੋਲ, ਜੇ ਨਾਗੀ ਫਿੱਕੇ ਪੈ ਜਾਂਦੇ ਆ ਫਿਰ ਨਗ ਬਣਵਾਉਂਦੇ ਕਿਵੇਂ ਜਾ ਜਾ ਕੇ। ਸਭ ਨੂੰ ਪਿਆਰ ਪਰ ਸਤਿ ਸ਼੍ਰੀ ਅਕਾਲ ਦੋਸਤੋ, ਗੱਲ ਕਰਨ ਜਾ ਰਹੇ ਹਾਂ ਅਰਜਨ ਢਿੱਲੋਂ ਨਾਲ ਜੁੜੀ ਹੈ ਇੱਕ ਕੋਂਟਰੋਵਰਸੀ ਦੀ। ਜੀ ਹਾਂ ਦੋਸਤੋ, 3 ਹਫ਼ਤੇ ਪਹਿਲਾਂ ਗਾਣਾ ਰਿਲੀਜ਼ ਹੋਇਆ ਸੀ ਅਰਜਨ ਢਿੱਲੋਂ ਦਾ ਨੋ ਡੈਟ। ਇਹਦੇ ਵਿੱਚ ਜਿਹੜੀਆਂ ਕੁਛ ਲਾਈਨਸ ਹੈਗੀਆਂ ਨੇ ਉਹਨਾਂ ਉੱਪਰ ਇਤਰਾਜ਼ ਜਤਾਇਆ ਜਾ ਰਿਹਾ ਹੈ ਇੱਕ ਕਮਿਊਨਿਟੀ ਦੇ ਵੱਲੋਂ, ਉਹ ਕਮਿਊਨਿਟੀ ਹੈਗੀ ਹੈ ਪੰਡਤਾਂ ਦੀ। ਤੁਹਾਨੂੰ ਦੱਸ ਰਹੇ ਦੋਸਤੋ ਕਿ ਅਰਜਨ ਢਿੱਲੋਂ ਦੇ ਨੋ ਡੈਟ ਗਾਣੇ ਦੇ ਵਿੱਚ ਪੰਡਤਾਂ ਦੇ ਨਗ ਝੂਠੇ ਪੈ ਜਾਂਦੇ ਆ ਇੱਕ ਲਾਈਨ ਹੈ ਜਿਸ ਦੇ ਉੱਪਰ ਪੂਰਾ ਮਾਮਲਾ ਖੜਾ ਹੋਇਆ। ਇਸ ਦੇ ਉੱਪਰ ਫੇਮਸ ਇੰਸਟਾਗ੍ਰਾਮ ਇਨਫਲੂਐਂਸਰ ਜਿਨ੍ਹਾਂ ਦੇ 27,000 ਫੋਲੋਅਰ ਨੇ ਪੁਰਸ਼ਾਰਥ ਸ਼ਰਮਾ, ਉਹਨਾਂ ਵੱਲੋਂ ਰਿਪਲਾਈ ਕੀਤਾ ਗਿਆ। ਉਹਨਾਂ ਦੀ ਇਹ ਰਿਪਲਾਈ ਵਾਲੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਹੈ। ਉਹਨਾਂ ਨੇ ਖਾਸ ਜ਼ਿਕਰ ਕੀਤਾ ਸੀ ਅਰਜਨ ਢਿੱਲੋਂ ਦੀ ਇਸ ਲਾਈਨ ਦਾ, ਇਹ ਲਾਈਨ ਕਿਉਂ ਬੋਲੀ ਗਈ ਹੈ, ਇਹ ਜਿਹੜੀ ਲਾਈਨ ਬੋਲੀ ਗਈ ਹੈ ਪੰਡਿਤ ਕਮਿਊਨਿਟੀ ਦੇ ਖਿਲਾਫ ਹੈ। ਜਾਂ ਦੋਸਤੋ, ਪੁਰਸ਼ਾਰਥ ਸ਼ਰਮਾ ਨੇ ਇਤਰਾਜ਼ ਜਤਾਇਆ ਹੈ ਸਮੂਹ ਪੰਡਿਤ ਕਮਿਊਨਿਟੀ ਵੱਲੋਂ ਇੰਸਟਾਗ੍ਰਾਮ ਦੇ ਉੱਪਰ ਅਰਜਨ ਢਿੱਲੋਂ ਦੇ ਇਸ ਗਾਣੇ ਦੇ। ਹਾਲਾਂਕਿ ਹੁਣ ਕੁਛ ਲੋਕ ਇਸ ਗਾਣੇ ਨੂੰ ਲੈ ਕੇ ਅਰਜਨ ਢਿੱਲੋਂ ਨੂੰ ਕਮੈਂਟ ਵੀ ਕਰਦੇ ਪਏ ਨੇ ਉਸੇ ਗਾਣੇ ਥੱਲੇ। ਅਰਜਨ ਢਿੱਲੋਂ ਵੱਲੋਂ ਇਸ ਗਾਣੇ ਨੂੰ ਲੈ ਕੇ ਹਜੇ ਤੱਕ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਹੋ ਸਕਦਾ ਅਰਜਨ ਢਿੱਲੋਂ ਨੇ ਇੰਨੀ ਲੰਬੀ ਸੋਚ ਨਾ ਰੱਖੀ ਹੋਵੇ ਗਾਣਾ ਲਿਖਣ ਵੇਲੇ, ਲੇਕਿਨ ਤੁਹਾਨੂੰ ਦੱਸ ਦਿੰਦੇ ਕਿ ਸਮੂਹ ਪੰਡਿਤ ਕਮਿਊਨਿਟੀ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਇੱਕ ਲਾਈਨ ਨੂੰ ਲੈ ਕੇ ਜੋ ਅਰਜਨ ਢਿੱਲੋਂ ਦੇ ਨੋ ਡੈਡ ਗਾਣੇ ਵਿੱਚ ਹੈਗੀ ਹੈ। ਬਾਕੀ ਦੋਸਤੋ, ਹੋਰ ਖਬਰਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਮਿਲਦੇ ਹੋਰ ਵੀਡੀਓਜ਼ ਦਾ, ਧੰਨਵਾਦ।